ਆਸੀ ਹੋਰ ਕੁਛ ਨਹੀਂ ਇਹ ਪੰਡਤ ਵੀ ਬੱਕਰਾ ਵੜਦਾ ਸੀ ਉਹ ਬੱਕਰਾ ਉਹਨੇ ਖਾਇਆ ਸਭ ਕੋ ਆਖੇ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਹੁੰਦਾ ਮੁਸਲਮਾਨੀ ਸ਼੍ਰੀ ਮੁਸਲਮਾਨੀ ਹਿਸਾਬ ਨਾਲ ਜਿਹੜਾ ਹੁੰਦਾ ਨਾ ਹਲਾਲ ਕਰਨਾ ਉਹਨੂੰ ਕੋਹ ਕਹਿੰਦੇ ਜਿਹੜਾ ਤਲਵਾਰ ਨਾਲ ਅਸੀਂ ਜਿਵੇਂ ਝਟਕਾ ਕਰਦੇ ਹਾਂ ਇਹਨੂੰ ਝਟਕਾ ਕਹਿੰਦੇ ਇਹਨੂੰ ਕੋਹ ਨਹੀਂ ਕਹਿੰਦੇ ਹਲਾਲ ਕਰਦੇ ਨੇ ਬੱਕਰੇ ਨੂੰ ਫੜ ਕੇ ਪੁੱਠਾ ਕਰਕੇ ਜਿਹੜੀ ਸ਼ਾਹ ਰੱਖ ਵੜਦੇ ਨਾ ਹੌਲੀ ਹੌਲੀ ਕਲਮਾ ਪੜ ਕੇ ਇਹਨੂੰ ਕੋਹਣਾ ਕਹਿੰਦੇ ਨੇ ਕੋਹ ਕੋਹ ਕੇ ਮਾਰਿਆ ਤੜਫਾ ਤੜਫਾ ਕੇ ਮਾਰਿਆ ਉਹ ਤੜਫਾ ਕੇ ਮਾਰ ਤੜਫਾ ਕੇ ਮਾਰਨਾ ਜਾਇਜ਼ ਨਹੀਂ ਬੰਦੇ ਉੱਤੇ ਉਹ ਕਿਉਂ ਮਾਰਦੇ ਨੇ ਉਹ ਤੜਫਾਉਣ ਉਹਨਾਂ ਦੀ ਫਿਲੋਸਫੀ ਕੀ ਹੈ ਉਹ ਕਹਿੰਦੇ ਨੇ ਵੀ ਜਿਹੜਾ ਕਲਮਾ ਸੁਣਦਾ ਸੁਣਦਾ ਕੋਈ ਮਰ ਜਾਵੇ ਉਹ ਮੁਕਤ ਹੋ ਜਾਂਦਾ ਹੁਣ ਬੱਕਰਾ ਪੁੱਛੇ ਵੀ ਬੱਕਰਾ ਕਲਮਾ ਸੁਣਦਾ ਉਹ ਸਮਝਦਾ ਕਲਮਾ ਕੀ ਹੈ ਇਹਦਾ ਮਤਲਬ ਹੈ ਕਿਸੇ ਵੀ ਜੂਨ ਨੂੰ ਮੁਕਤੀ ਹੋ ਸਕਦੀ ਹੈ ਫਿਰ ਤਾਂ ਆਦਮੀ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ ਇੱਥੇ ਕਵੀ ਆ ਉਹਨਾਂ ਦੇ ਉਹਦੇ ਵਿੱਚ ਧਰਮ 'ਚ ਕਵੀ ਹੈ ਬੱਕਰਾ ਕਲਮਾ ਸਮਝਦਾ ਕਵੀ ਇੱਥੇ ਆਖੇ ਕਵੀ ਆ ਗਈ ਉੱਥੇ ਸਾਡੇ ਦੀ ਇਹ ਗੱਲ ਸਾਡੇ ਹੈਗੀ ਫੁਰਨੇ 'ਚ ਆਖਦੇ ਫੁਰਨੇ 'ਚ ਉਹਨੂੰ ਅਜੇ ਮਾਰਿਆ ਜਾਵੇ ਉਹਨੂੰ ਪਤਾ ਹੀ ਨਾ ਲੱਗੇ ਜਾਨਵਰ ਡਾਕਟਰੀ ਤੌਰ 'ਤੇ ਵੀ ਉਹ ਜਿਹੜਾ ਮਾਨਸ ਹੈ ਚੰਗਾ ਨਹੀਂ ਸਮਝਿਆ ਗਿਆ ਸਿਹਤ ਵਾਸਤੇ ਜਿਹੜਾ ਕੋਹ ਕੇ ਮਾਰਦਾ ਰੀਸੈਂਟ ਖੋਜਿਆ ਕਹਿੰਦੀ ਹਾਂਜੀ ਕੋਹ ਬੱਕਰਾ ਰਿਣ ਖਾਇਆ ਸਭ ਕੋ ਆਖੇ ਇਹਦਾ ਮਤਲਬ ਹੈ ਬੱਕਰਾ ਉਹ ਕੋਹ ਕੇ ਕੋਹ ਦੇ ਕਿਉਂ ਸੀ ਸਵਾਲ ਇਹ ਹੁਣ ਉਦੋਂ ਮੁਸਲਮਾਨਾਂ ਦਾ ਰਾਜ ਆ ਗਿਆ ਸੀ ਕਾਜੀ ਆ ਕੇ ਅਤੇ ਮੁਸਲਮਾਨਾਂ ਨਾਲ ਮੇਲਜੋਲ ਹੋ ਗਿਆ ਸੀ ਇਹ ਜਿਹੜੀ ਰਸਮ ਸੀ ਨਾ ਵਿਆਹ ਵਰਗੀ ਰਸਮ ਹੁੰਦੀ ਸੀ ਜਨੇਊ ਪਾਉਣ ਦੀ ਜਿਵੇਂ ਮੁਸਲਮਾਨਾਂ ਦੇ ਸੁਣਨ ਦੀ ਰਸਮ ਹੈ ਵਿਆਹ ਵਰਗੀ ਹੁੰਦੀ ਹੈ ਇਕੱਠ ਕਰਦੇ ਨੇ ਰਿਸ਼ਤੇਦਾਰ ਬੁਲਾਉਂਦੇ ਨੇ ਇਹ ਵੀ ਇਹਨਾਂ ਦੀ ਹੁੰਦੀ ਸੀ ਹਿੰਦੂਆਂ ਦੇ ਹੁਣ ਉੱਧਰੋਂ ਉੱਧਰ ਹੀ ਚੀਜ਼ਾਂ ਜਾਂਦੀਆਂ ਹੁੰਦੀਆਂ ਖਾਣ ਪੀਣ ਦੀਆਂ ਹੁਣ ਜਦ ਇਹ ਝਟਕਾ ਕਰਦੇ ਤਾਂ ਉਹ ਖਾਂਦੇ ਨਹੀਂ ਸੀ ਮੁਸਲਮਾਨ ਕਹਿੰਦੇ ਵੀ ਅਸੀਂ ਨਹੀਂ ਖਾਣਾ ਕਹਿੰਦੇ ਵੀ ਜੇ ਤੁਸੀਂ ਇੱਦਾਂ ਕਰਨਾ ਫਿਰ ਐਂ ਕਰਿਆ ਕਰੋ ਸਾਡਾ ਕਾਜੀ ਬੁਲਾ ਲਿਆ ਕਰੋ ਬੱਕਰਾ ਉਹ ਹਲਾਲ ਕਰ ਦਿਆ ਕਰੂਗਾ ਫਿਰ ਅਸੀਂ ਖਾ ਲਿਆ ਕਰਾਂਗੇ ਇਹ ਕਹਿੰਦੇ ਚੱਲ ਹਲਾਲ ਕਰ ਦਿਆ ਕਰਾਂਗੇ ਉਹ ਕੰਪਰੋਮਾਈਜ਼ ਕਰ ਲਿਆ ਸਿਰਫ ਉਹ ਮੇਲਜੋਲ ਰੱਖਣ ਵਾਸਤੇ ਤਾਂ ਗੁਰੂ ਸਾਹਿਬ ਨੇ ਇਹਦੇ 'ਤੇ ਟਿੱਪਣੀ ਕੀਤੀ ਹੋਈ ਹੈ ਧਰਮ ਦੇ ਖੇਤਰ 'ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਜਦ ਉਹ ਕਹਿੰਦੇ ਨੇ ਅਸੀਂ ਤੁਹਾਡਾ ਨਹੀਂ ਖਾਣਾ ਝਟਕਾ ਕੀਤਾ ਹੋਇਆ ਤੁਸੀਂ ਹਲਾਲ ਕੀਤਾ ਹੋਇਆ ਕਿਉਂ ਖਾਦੇ ਹੋ ਇਸ ਕਰਕੇ ਖਾਲਸੇ ਨੂੰ ਕਿਹਾ ਪੁੱਠਾ ਨਹੀਂ ਖਾਣਾ ਤਾਂ ਕਿਹਾ ਹੋਇਆ ਕਿਉਂਕਿ ਟਿੱਪਣੀ ਇੱਥੇ ਹੋਈ ਹੋਈ ਹੈ ਨਾ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿੱਪਣੀ ਹੋਈ ਹੈ 10 ਪਾਸ਼ਾ ਛੂਟ ਕੇ ਬਦਲ ਦਿੰਦੇ ਹੁਣ ਇਹਨਾਂ ਨੇ ਕਹਿੰਦਾ ਜੀ ਮਾਂਸ ਨਹੀਂ ਖਾਣਾ ਮਾਂਸ ਤਾਂ ਹਿੰਦੂ ਉਹ ਵੀ ਬਾਬੜ ਵੀ ਖਾ ਰਿਹਾ ਇਹਨਾਂ ਨੂੰ ਕੀ ਪਤਾ ਮਾਂਸ ਹੁੰਦਾ ਕੀ ਹੈ